ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੋਤ ਸਿੰਘ, ਤੁਸੀਂ ਇਸ ਵਕਤ ਦੇਖ ਰਹੇ ਹੋ ਗਲੋਬਲ ਹੈਡਲਾਈਨ ਨਿਊਜ਼। ਅੱਜ ਅਸੀਂ ਪਹੁੰਚੇ ਹਾਂ ਜਲੰਧਰ ਸਿਟੀ ਵਿੱਚ, ਬਿਊਰੋ ਮੌਜੂਦ ਇੱਕ ਸ਼ੋਅ ਹੋ ਰਿਹਾ ਲੈਕਮੇ ਵੱਲੋਂ ਹਾਈ ਐਂਡ ਜੁੜੀਆਂ ਸੀਜ਼ਨ 2, ਅਤੇ ਹੁਣ ਆਪਾਂ ਇੱਥੇ ਜਿਹੜੇ ਲੈਕਮੇ ਦੇ ਡਾਇਰੈਕਟਰ ਨੇ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਨੇ। ਆਹ ਸ਼ੋਅ ਕਿਵੇਂ ਕਿਵੇਂ ਆ ਅਤੇ ਕੀ ਹੈ ਕੀ ਸ਼ੋਅ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਗੁੱਡ ਨੇਮ ਪਹਿਲਾਂ? ਮੇਰਾ ਨਾਮ ਸਵਰਾਜ ਹੈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਈਸ਼ਾ ਹੈ। ਠੀਕ ਹੈ, ਅੱਜ ਦੇ ਸ਼ੋਅ ਬਾਰੇ ਪਹਿਲਾਂ ਸਾਡੇ ਵਿਊਜ਼ ਨੂੰ ਕੁਝ ਦੱਸੋ। ਵਿਸ਼ਿੰਗ ਯੂ ਆਲ ਏ ਵੈਰੀ ਹੈਪੀ ਵੈਲੈਂਟਾਈਨਸ ਡੇ ਫਸਟ ਆਫ ਆਲ। ਹਰ ਸਾਲ ਦੀ ਤਰ੍ਹਾਂ 14 ਫਰਵਰੀ ਨੂੰ ਲੈਕਮੇ ਅਕੈਡਮੀ ਅਤੇ ਲੈਕਮੇ ਸਲੋਨ ਇੱਕ ਮੈਗਾ ਫੈਸ਼ਨ ਵੀਕ ਕਰਵਾਉਂਦੇ ਆ ਜਲੰਧਰ ਦੇ ਵਿੱਚ। ਇਸ ਵਾਰ ਫੈਸ਼ਨ ਪਰੇਡ 2021। ਓਕੇ, ਦੈਟਸ ਨਾਈਸ। ਨਾਓ ਇਹਦੇ ਇਸ ਈਵੈਂਟ ਦੇ ਵਿੱਚ ਜਿਹੜੀਆਂ ਸਾਡੇ ਕੋਲ ਮਾਡਲਸ ਡਿਫਰੈਂਟ ਸਿਟੀਜ਼ ਤੋਂ ਆ ਰਹੀਆਂ, ਉਹਨਾਂ ਨੇ ਪਾਰਟੀਸਿਪੇਟ ਕੀਤਾ ਅਤੇ ਓਪਨ ਏਅਰ ਰੈਂਪ ਵਾਕ 'ਤੇ ਉਹਨਾਂ ਨੇ ਆਪਣੀ ਲੁਕਸ ਸ਼ੋਕੇਸ ਕਰਨੀਆਂ। ਅਤੇ ਇਹਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜਿਹੜੀ ਇਹ ਲੁਕਸ ਹੈਗੀਆਂ, ਸਾਡੇ ਲੈਕਮੇ ਅਕੈਡਮੀ ਦੇ ਸਟੂਡੈਂਟਸ ਅਤੇ ਲੈਕਮੇ ਸਲੋਨ ਦੇ ਆਰਟਿਸਟ ਨੇ ਮਿਲ ਕੇ ਇਹਨਾਂ ਲੁਕਸ ਨੂੰ ਪੇਸ਼ ਕੀਤਾ। ਅਤੇ ਇਹ ਸਾਨੂੰ ਪੂਰਾ ਯਕੀਨ ਹੈ ਕਿ ਸਾਡੀ ਜਿਹੜੀਆਂ ਮਾਡਲਸ ਹੈ, ਜਿਨ੍ਹਾਂ ਜਿਸ ਤਰ੍ਹਾਂ ਦਾ ਉਹ ਮੇਕਅਪ ਕੈਰੀ ਕਰ ਰਹੀਆਂ, ਜਿਸ ਤਰ੍ਹਾਂ ਦਾ ਉਹਨਾਂ ਦਾ ਅਟਾਇਰ ਹੈਗਾ, ਉਹਨਾਂ ਦਾ ਕੌਨਫੀਡੈਂਸ ਬਹੁਤ ਹਾਈ ਹੈ, ਅਤੇ ਉਹ ਦੇ ਵਿਲ ਪੁੱਟ ਅਪ ਦੇਅਰ ਬੈਸਟ ਸ਼ੋਅ ਟੂਡੇ ਈਵਨਿੰਗ। ਅਤੇ ਹੁਣ ਆਪਾਂ ਗੱਲਬਾਤ ਕਰਾਂ ਕਿ ਮੈਮ ਨਾਲ, ਜਿਹੜੀ ਮੈਮ ਅੱਜ ਮਾਡਲਸ ਨੇ ਕੱਲੀਆਂ ਜਲੰਧਰ ਦੀਆਂ ਨੇ ਅਤੇ ਹੋਰ ਸਿਟੀਜ਼ ਤੋਂ ਵੀ ਆਈਆਂ ਨੇ? ਨਹੀਂ ਨਹੀਂ, ਸਿਰਫ ਜਲੰਧਰ ਕੀ ਨਹੀਂ ਹੈ, ਮਾਡਲਸ ਹਮਾਰੀ ਅਲੱਗ ਸਿਟੀਜ਼ ਸੇ ਆਈ ਹੈ, ਚੰਡੀਗੜ੍ਹ ਸੇ ਆਈ ਹੈ, ਲੁਧਿਆਣਾ ਸੇ ਹੈ, ਅੰਮ੍ਰਿਤਸਰ ਸੇ ਵੀ ਆਈ ਹੈ ਮਾਡਲਸ। ਔਰ ਇਸਮੇ ਬੇਸਿਕਲੀ ਹਮਾਰਾ ਇੱਕ ਵੈਸਟਰਨ ਰਾਊਂਡ ਵੀ ਹੈ, ਜਿਸਮੇ ਸਾਰੀ ਵੈਸਟਰਨ ਡਰੈਸਿਸ ਹਮ ਸ਼ੋਕੇਸ ਕਰ ਰਹੇ ਹੈਂ, ਵੈਸਟਰਨ ਮੇਕਅਪ ਉਸਮੇ ਹੈ, ਔਰ ਸਾਥ ਮੇਂ ਫਿਰ ਹਮਾਰਾ ਬ੍ਰਾਈਡਲ ਰਾਊਂਡ ਹੈ, ਤੋ ਜਿਸਕੇ ਲੀਏ ਮੈਂ ਖੁਦ ਬੜੀ ਐਕਸਾਈਟਿਡ ਹੂੰ, ਐਂਡ ਆਈ ਹੋਪ ਲੋਗੋਂ ਕੋ ਵੀ ਵੋ ਬ੍ਰਾਈਡਲ ਲੁਕਸ ਅੱਛੀ ਲਗੇਂਗੀ, ਜੈਸੇ ਕਿ ਆਗੇ ਹਮਾਰਾ ਬ੍ਰਾਈਡਲ ਸੀਜ਼ਨ ਵੀ ਆ ਰਹਾ ਹੈ, ਤੋ ਇੱਕ ਲੋਗੋਂ ਕੇ ਲੀਏ ਇੱਕ ਵੋ ਹੈ ਕਿ ਅਭੀ ਹਮ ਕਿਆ ਨਯਾ ਕਰਨੇ ਵਾਲੇ ਹੈਂ। ਸੋ ਬੇਸਿਕਲੀ ਜਦੋਂ ਅੱਜ ਬ੍ਰਾਈਡਲਸ ਤੁਸੀਂ ਮੈਂ ਚੂਜ਼ ਕੀਤੇ ਆ, ਪਾਰਟੀਸਪੇਟ ਜਿਹੜੇ ਆ, ਕਿਵੇਂ ਕਿਵੇਂ ਚੂਜ਼ ਕੀਤੇ, ਕਿਉਂਕਿ ਤੁਹਾਡੇ ਕੋਲ ਤਾਂ ਕਾਫੀ ਜ਼ਿਆਦਾ ਰਸ਼ ਹੋਣਾ ਕਿ ਮੈਂ ਵੀ ਪਾਰਟੀਸਪੇਟ ਕਰਨਾ, ਮੈਂ ਵੀ ਕਰਨਾ? ਬਿਲਕੁਲ, ਹਮਾਰੇ ਪਾਸ ਬਹੁਤ ਸਾਰੀ ਮਾਡਲਸ ਹੈ ਜੋ ਆਤੀ ਹੈ, ਔਰ ਜੋ ਬੋਲਤੀ ਹੈ ਕਿ ਹਮੇ ਰੈਡੀ ਹੋਣਾ ਹੈ, ਤੋ ਉਸਮੇ ਸੇ ਹਮਨੇ ਬੈਸਟ ਕੀਆ ਲਿਆ ਹੈ, ਕਿਉਂਕਿ ਹਮੇ ਵੀ ਮੇਕਅਪ ਕੇ ਲੀ ਅੱਛੇ ਫੇਸ ਚਾਹੀਏ ਹੋਤੇ ਹੈਂ। ਵੈਸੇ ਤੋ ਹਮ ਕਿਸੀ ਵੀ ਫੇਸ ਕੋ ਅੱਛਾ ਬਨਾਨੇ ਕੇ ਲੀ ਹਮ, ਮਤਲਬ ਮੇਰੇ ਆਰਟਿਸਟ ਕੈਪੇਬਲ ਹੈ, ਬਟ ਓਬਵੀਅਸਲੀ ਜੋ ਬੈਸਟ ਹੈ ਵੋ ਹਮਨੇ ਚੂਜ਼ ਕੀਆ ਹੈ। ਚਲੋ ਆਪਾਂ, ਮੈਂ ਕਹਿਣਾ, ਸੋ ਸਰ ਲੈਕਮੇ ਅਕੈਡਮੀ ਜਲੰਧਰ ਵਿੱਚ ਤੁਸੀਂ ਕੋਰਸ ਵੀ ਕਰਾਉਂਦੇ ਹੋ ਅਤੇ ਮੇਕਅਪ ਵਗੈਰਾ ਸਿਖਾਉਂਦੇ ਵੀ, ਕਲਾਸਿਸ ਵੀ ਦਿੰਦੇ ਹੋ? ਇਸ ਦੇ ਨਾਲ ਸਾਡੀ ਅਕੈਡਮੀ ਹੈਗੀ ਹੈ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਕੋਲ ਮਸੰਦ ਚੌਂਕ 'ਤੇ, ਲੈਕਮੇ ਦੀ ਅਕੈਡਮੀ ਹੈਗੀ ਹੈ। ਇਹੀ ਤਾਂ ਖਾਸੀਅਤ ਹੈ, ਜਿਹੜੇ ਸਟੂਡੈਂਟ ਸਾਡੇ ਕੋਲ 3 ਮਹੀਨੇ ਪਹਿਲਾਂ ਕੋਰਸ ਕਰਨ ਲਈ ਆਏ ਸੀ, ਜਿਨ੍ਹਾਂ ਨੂੰ ਮੇਕਅਪ ਦਾ ਬ੍ਰਸ਼ ਨਹੀਂ ਫੜਨਾ ਆਉਂਦਾ ਸੀਗਾ, ਉਹ ਅੱਜ ਰੈਂਪ ਮਾਡਲਸ ਨੂੰ ਰੈਡੀ ਕਰ ਰਹੇ ਹੈ, ਅਤੇ ਤੁਸੀਂ ਦੇਖੋਗੇ ਕਿ ਉਹਨਾਂ ਨੇ ਕਿੰਨਾ ਕੌਨਫੀਡੈਂਸ ਗੇਨ ਕੀਤਾ ਹੈ ਅਕੈਡਮੀ ਦੇ ਵਿੱਚ। ਲੈਕਮੇ ਹਮੇਸ਼ਾ ਤੋਂ ਹੀ ਫੈਸ਼ਨ ਦੇ ਬਹੁਤ ਨਜ਼ਦੀਕ ਹੈ, ਅਤੇ ਸਾਡਾ ਜਿਹੜਾ ਕੋਰਸ ਕਰੀਕੁਲਮ ਇਸ ਤਰ੍ਹਾਂ ਹੈ ਕਿ ਅਸੀਂ ਬਹੁਤ ਛੋਟੇ ਟਾਈਮ ਦੇ ਵਿੱਚ ਸਟੂਡੈਂਟਸ ਨੂੰ ਬਹੁਤ ਅੱਛਾ ਲੈਵਲ ਅਚੀਵ ਕਰਵਾਉਂਦੇ ਹਾਂ, ਮੇਕਅਪ ਦੇ ਵਿੱਚ, ਸਕਿਨ ਦੇ ਵਿੱਚ, ਹੇਅਰ ਦੇ ਵਿੱਚ, ਨੇਲ, ਸਾਰੇ ਸਾਡੇ ਕੋਰਸਿਸ ਲੈਕਮੇ ਅਕੈਡਮੀ ਦੇ ਵਿੱਚ ਅਵੇਲੇਬਲ ਹੈਗੇ ਆ। ਠੀਕ ਹੈ, ਅਤੇ ਸਾਡੇ ਕੋਲ ਕਾਫੀ ਸਟੂਡੈਂਟਸ ਆਉਂਦੇ ਆ ਜਿਹੜੇ ਇੱਥੋਂ ਕੋਰਸ ਕਰਕੇ ਬਾਹਰਲੀ ਕੰਟਰੀਜ਼ ਦੇ ਵਿੱਚ ਜਾ ਕੇ ਜੋਬਸ ਲੈ ਰਹੇ ਆ, ਜਾਂ ਪਾਰਟ ਟਾਈਮ ਜੋਬ ਅਸਾਈਨਮੈਂਟ ਉਹਨਾਂ ਨੂੰ ਮਿਲ ਰਹੀਆਂ, ਅਤੇ ਉਹਨਾਂ ਵਾਸਤੇ ਬੜਾ ਈਜ਼ੀ ਹੋ ਜਾਂਦਾ ਉੱਥੇ ਜੋਬ ਪ੍ਰੀਕਿਓਰ ਕਰਨਾ। ਅਤੇ ਇਹ ਲੈਕਮੇ ਅਕੈਡਮੀ ਜੇ ਪੋਸੀਬਲ ਹੈ, ਸਾਡਾ ਜੋ ਸਭ ਤੋਂ ਛੋਟਾ ਕੋਰਸ ਹੈ ਉਹ 1 ਮਹੀਨੇ ਦਾ ਹੈਗਾ, ਅਸੀਂ 1 ਮਹੀਨੇ ਦੇ ਵਿੱਚ ਹੀ ਸਕਿੱਲ ਗੇਨ ਕਰ ਸਕਦੇ ਹਾਂ, ਅਤੇ ਇਸ ਕਰਕੇ ਸਾਨੂੰ ਬੜਾ ਸਪੋਰਟ ਮਿਲਦਾ ਸਟੂਡੈਂਟ ਦਾ, ਅਤੇ ਬਹੁਤ ਅੱਛਾ ਰਿਸਪੋਂਸ ਹੈ ਸਿਟੀ ਦਾ, ਬਹੁਤ ਅੱਛਾ ਕਰ ਰਿਹਾ ਯੂਥ ਅਕੈਡਮੀ ਦੇ ਵਿੱਚ। ਸੋ ਇਹ ਸੀ ਲੈਕਮੇ ਅਕੈਡਮੀ ਦੇ ਡਾਇਰੈਕਟਰ ਨੇ।